दोस्तों मैं सुखप्रीत कौर एक बार फिर तो थोड़ा स्वागत कर दिया थोड़े अपने प्रोग्राम मेल मिलाप च। अज असि पहुंचे हैं जिला मोगा दे पिंड रौली त्याओ तो मिलवाने इथों दे सरपंच सरदार जगराज सिंह दे नाल ते नाल ही उन्हां दी ग्राम पंचायत दे मैंबरां दे नाल। सत श्री अकाल। भाई मंगल सिंह जी बाहर कनेडा बैठे हो रहे मैं मेंबरी खड़ता रहा बेकार बनया पिया इंटरलॉक चल रही है जिसे सहयोग दिता सरदार सतीश सिंह काका लोहड़ एम एल ए ने 13,13,000 की ग्रांट दी है और सानू वित्त कमीशन के जो पैसे मिलते हैं वो मिले हैं। सर तुसी ग्राम पंचायत मेंबर हो? हाँ जी। सर तुहाडा नाम? मकर सिंह गिल जी। सर तुहाडे पिंड दा सिक्ख्या पद्धर की है? बहुत वधिया जी, बहुत सोहना काम चल रहा है, बच्चे बहुत वधिया चंगी सिक्ख्या लैके चंगीआं जॉबां दे वी लग रहे हैं। इस टाइम स्कूल दी बिल्डिंग बहुत वधिया बनी हुई है ते हुण वी असीं पंचायती तौर ते वधिया जांदी उहदा काम कराया, 7 कमरे नवें बनाए जी। सर केड़ी क्लास तक स्कूल है? ए प्लस 2 ਤਾਂ ਹੀ ਜੀ। ਸਰ ਕੁੜੀਆਂ ਮੁੰਡਿਆਂ ਦੇ ਇਕੱਠੇ ਆ? ਇਕੱਠਾ ਹੀ। ਸਰ ਪਿੰਡਾਂ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਕੀਤਾ ਜਾਂਦਾ ਤੁਹਾਡੇ ਪਿੰਡ 'ਚ ਕੀ? ਕੋਈ ਫਰਕ ਨਹੀਂ ਜੀ, ਸਿਰਫ ਕੁੜੀਆਂ ਦੀ ਮਾਂ ਵੱਧ ਮੰਗਾ ਜੀ। ਸਰ 4 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਕੋਰੋਨਾ ਮਹਾਮਾਰੀ ਨੂੰ ਜੋ ਕਿ ਪੂਰੇ ਵਿਸ਼ਵ 'ਚ ਫੈਲ ਚੁੱਕੀ ਹੈ ਔਰ ਜਿੰਦੇ ਕਰਕੇ ਪੰਜਾਬ 'ਚ 3 ਮਹੀਨੇ ਲੋਕਡਾਊਨ ਵੀ ਲਗਾਇਆ ਗਿਆ, ਉਸ ਦੌਰਾਨ ਤੁਹਾਡੇ ਪਿੰਡ ਦੀ ਕੀ ਸਥਿਤੀ ਰਹੀ ਆ? ਸਾਡੇ ਉਸ ਦੌਰਾਨ ਦੀ ਪਿੰਡ ਦੀ ਸਥਿਤੀ ਬਹੁਤ ਵਧੀਆ ਰਹੀ ਹੈ ਜੀ। ਆਪਦੇ ਅਸੀਂ ਪਹਿਲੋਂ ਖਾਣਾ ਤਿਆਰ ਕਰਕੇ ਗਰੀਬਾਂ ਨੂੰ ਛਕਾਉਂਦੇ ਰਹੇ ਹਾਂ, ਫਿਰ ਆਪਦੀ ਪੰਚਾਇਤ ਫੰਡ ਤੋਂ ਅਸੀਂ ਕਿੱਟਾਂ ਵੰਡੀਆਂ, ਫਿਰ ਕੋਲ ਸਾਨੂੰ ਕਾਕਾ ਸਰਦੀਪ ਸਿੰਘ ਲੋਹੜ ਸਾਰੇ ਕਿੱਟਾਂ ਦਿੱਤੀਆਂ ਸੀ, ਉਹ ਵੀ ਅਸੀਂ ਪਿੰਡ ਦੇ ਵਿੱਚ ਵੰਡੀਆਂ ਜੀ। ਸਰ ਉਸ ਦੌਰਾਨ ਜਿਹੜੇ ਪਿੰਡ ਦੇ ਬੰਦੇ ਬਾਹਰ ਗਏ ਹੋਏ ਸੀ ਕੰਬਾਈਨਾਂ ਵਗੈਰਾ ਲੈ ਕੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਸਾਡੇ ਪਿੰਡ ਦਾ ਇਸ ਟਾਈਮ ਕੋਈ ਮਰੀਜ਼ ਨਹੀਂ ਉਦੋਂ ਤੱਕ ਆਇਆ ਜੀ, ਨਾ ਹੀ ਹੁਣ ਤੱਕ ਕੋਈ ਮਰੀਜ਼ ਕਰੋਨਾ ਦਾ ਆਇਆ। ਠੀਕ ਹੈ ਜੀ, ਅਸੀਂ ਪੂਰਾ ਸਹਿਯੋਗ ਆ ਸਾਡਾ ਪੰਜਾਬ ਸਰਕਾਰ ਦੇ ਨਾਲ ਜੀ, ਡਾਕਟਰਾਂ ਦੀ ਟੀਮ ਦੇ ਨਾਲ। ਇਦਾਂ ਸਾਡੀ ਮੀਟਿੰਗ ਹੋਈ ਸੀਗੀ, ਉੱਤੇ ਵੀ ਅਸੀਂ ਉਹਨਾਂ ਨੂੰ ਵੀ ਤੁਹਾਡਾ ਪੂਰਾ ਸਹਿਯੋਗ ਦੇਵਾਂਗੇ, ਜੋ ਵੀ ਚੈੱਕਅਪ ਕਰਨਾ ਤੁਹਾਡੇ ਨਾਲ ਨਾਲ ਚੱਲ ਕੇ ਘਰ ਤੱਕ ਕਰਾਵਾਂ। ਸਰ ਤੁਹਾਡੇ ਪਿੰਡ ਦਾ ਖੇਡਾਂ ਨੂੰ ਲੈ ਕੇ ਕਿੱਥੇ ਖੜਾ ਹੈ? ਨਹੀਂ, ਖੇਡਾਂ ਸਾਡੇ ਪਿੰਡ ਦਾ ਬਹੁਤ ਵਧੀਆ ਜੀ, ਸਟੇਡੀਅਮ ਵੀ ਬਣਿਆ ਹੋਇਆ, ਟੂਰਨਾਮੈਂਟ ਹੁੰਦਾ ਪਿੱਛੇ, ਹੁਣ ਇੱਕ ਦੋ ਗਰਾਂ ਬੰਦ ਹੋ ਗਏ ਨੇ, ਹਰੇਕ ਸਾਲ ਸਾਡੇ ਪਿੰਡ ਕਬੱਡੀ ਹੋ ਰਹੀ ਹੈ ਬਾਬਾ ਜੀ ਦੀ ਬਰਸੀ ਦੇ ਨਾਮ ਤੇ ਜੀ। ਜੀ ਸਰ ਨਰੇਗਾ ਦਾ ਕੰਮ ਚੱਲ ਰਿਹਾ ਤੁਹਾਡੇ ਪਿੰਡ ਦਾ? ਨਰੇਗਾ ਦਾ ਕੰਮ ਚੱਲ ਰਿਹਾ ਜੀ, ਬਹੁਤ ਵਧੀਆ ਚੱਲੀ ਜਾ ਰਿਹਾ। ਸਰ ਆਂਗਨਵਾੜੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਂਗਨਵਾੜੀ ਸੈਂਟਰ ਵਾਸਤੇ ਥੋੜੀ ਗ੍ਰਾਂਟ ਮੰਗ ਰਹੇ ਜੀ, ਮਿਲ ਜੇ ਤਾਂ ਉਹਨਾਂ ਬੱਚਿਆਂ ਨੂੰ ਮਿਲ ਜੇ, ਪਰ ਹਜੇ ਪ੍ਰਾਇਮਰੀ ਸਕੂਲ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਹੋਇਆ ਹੈ। ਸਰ ਪੰਜਾਬ ਦੇ ਵਿੱਚ ਦਿਨੋ ਦਿਨ ਨਸ਼ਾ ਵੱਧਦਾ ਜਾ ਰਿਹਾ, ਤੁਹਾਡੇ ਪਿੰਡ ਵਿੱਚ ਨਸ਼ੇ ਦੀ ਕੀ ਸਥਿਤੀ ਹੈ? ਨਹੀਂ, ਸਾਡੇ ਇਸ ਗੱਲੋਂ ਬਚਦਾ ਜੀ, ਪਿੰਡ ਸਾਰਾ ਸਹਿਯੋਗ ਦਿੰਦਾ, ਸਾਰੀ ਪੰਚਾਇਤ, ਕੋਈ ਕਿਸੇ ਪਾਰਟੀ ਤੋਂ ਉੱਪਰ ਰੱਖ ਕੇ ਸਾਰਾ ਕੋਈ ਮਤਭੇਦ ਨਹੀਂ ਗਾ ਜੀ, ਸਾਰਾ ਪਿੰਡ ਸਹਿਯੋਗ ਦਿੰਦਾ ਪੰਚਾਇਤ ਦੇ ਨਾਲ। ਤੁਹਾਡੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਕੀ ਸਥਿਤੀ ਹੈ? ਬਹੁਤ ਵਧੀਆ ਜੀ, ਇਸ ਟਾਈਮ ਸਾਡੇ ਵਾਟਰ ਬਾਕਸ ਬਣਿਆ ਹੋਇਆ ਬਹੁਤ ਪਹਿਲਾਂ ਦਾ, ਤੇ ਵਧੀਆ ਚੱਲ ਰਿਹਾ ਜੀ, ਸਾਰੇ ਸਪਲਾਈ ਪੂਰੀ ਸਹੀ ਜਾ ਰਹੀ ਹੈ, ਪਰ ਅਸੀਂ ਕਈ ਘਰਾਂ ਨੂੰ ਹਾਲੇ ਪਾਣੀ ਨਹੀਂ ਜਾ ਰਿਹਾ, ਇਸ ਕਰਕੇ ਸਾਡੇ ਦਿੱਤਾ ਹੋਇਆ ਤਾਂ ਹੋ ਰਿਹਾ ਸਾਰਾ ਕਲੀਅਰ, ਸਾਨੂੰ ਪਾਈਪਾਂ ਵੀ ਨਵੀਆਂ ਪਾਈਆਂ ਜਾਣਗੀਆਂ, ਤੇ ਘਰ ਘਰ ਅਸੀਂ ਦੂਜਾ ਟੂਟੀ ਲਵਾਉਣ ਦਾ ਸਾਡੀ ਮੰਗ ਕੀਤੀ ਹੋਈ, ਤੇ ਉਹ ਸਾਨੂੰ ਥੋੜੇ ਚਿਰ ਸਮੇਂ ਤੱਕ ਕੁਛ ਪੈਸੇ ਆ ਜਾਣਗੇ, ਇਸ ਕਰਕੇ ਫਿਰ ਅਸੀਂ ਟੈਂਕੀ ਦਾ ਸਾਰਾ ਕੰਮ ਕਰਾਵਾਂਗੇ, ਰਿਪੇਅਰ ਕਰਾਵਾਂਗੇ। ਸਰ ਰਹਿੰਦੇ ਟਰਮ ਵਿੱਚ ਸਰਪੰਚੀ ਦੇ ਤੁਸੀਂ ਆਪਣੇ ਪਿੰਡ ਵਾਸਤੇ ਕੀ ਕਰਨਾ ਚਾਹੁੰਦੇ ਹੋ? ਅਸੀਂ ਜੀ ਜਿੰਨਾ ਹੋ ਸਕੇ ਉਹਨਾਂ ਯੋਗਦਾਨ ਪਾਵਾਂਗੇ, ਜਿੰਨੀ ਸਾਨੂੰ ਹੋਰ ਗ੍ਰਾਂਟ ਰਹਿੰਦੀ ਹੈ ਮਿਲ ਜੇ, ਜੋ ਪਿੰਡ ਦੇ ਕੰਮ ਅਧੂਰੇ ਪਏ ਸਾਰੇ ਪੂਰੇ ਕਰਾ ਕੇ ਜਾਵਾਂਗੇ ਆਪਦੇ 5 ਸਾਲਾਂ ਦੇ ਵਿੱਚ। ਸਰ ਆਉਣ ਵਾਲੇ ਟਾਈਮ ਵਿੱਚ ਤੁਸੀਂ ਆਪਣੇ ਪਿੰਡ ਨੂੰ ਕਿਸ ਰੂਪ 'ਚ ਦੇਖਣਾ ਚਾਹੁੰਦੇ ਹੋ? ਅਸੀਂ ਇੱਕ ਨੰਬਰਾਂ ਦਾ ਪਿੰਡ ਵੇਖਣਾ ਚਾਹੁੰਦੇ ਹਾਂ ਜੀ, ਜਿਹੜਾ ਜ਼ਿਲ੍ਹੇ 'ਚ ਪਤਾ ਲੱਗੇ ਵੀ ਰੌਲੀ ਪਿੰਡ ਕੋਈ ਸੀਗਾ ਜੀ। ਸਰ ਸਾਡੇ ਚੈਨਲ ਰਾਹੀਂ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਤੁਹਾਡੇ ਚੈਨਲ ਦੀ ਸਰਕਾਰ ਤੋਂ ਇਹ ਮੰਗ ਕਰਦੇ ਨੇ, ਸਾਨੂੰ ਇੱਕ ਤਾਂ ਗ੍ਰਾਂਟ ਆ ਉਹ ਦਿੱਤੀ ਜਾਵੇ, ਜਿਹੜੇ ਸਾਡੇ ਕੰਮ ਥੋੜੇ ਅਧੂਰੇ ਪਏ ਆ ਵੀ ਉਹ ਸਿਰੇ ਚੜ ਸਕਣ। ਸਰ ਸਾਡੇ ਚੈਨਲ ਰਾਹੀਂ ਤੁਸੀਂ ਪੰਜਾਬ ਤੇ ਆਪਣੇ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ, ਨੌਜਵਾਨ ਪੀੜ੍ਹੀ ਨੂੰ ਵੀ ਨਸ਼ਿਆਂ ਤੋਂ ਦੂਰ ਰਹੋ, ਪੜ੍ਹਾਈ ਕਰੋ, ਮਾਂ ਪਿਓ ਦੀ ਸੇਵਾ ਕਰੋ, ਮਾਂ ਪਿਓ ਦੇ ਆਖੇ ਲੱਗੋ। ਸਰ ਤੁਹਾਡੇ ਪਿੰਡ ਵਿੱਚ ਡਿਸਪੈਂਸਰੀ ਵਗੈਰਾ ਹੈ? ਸਾਡੇ ਪਿੰਡ ਡਿਸਪੈਂਸਰੀ ਵਗੈਰਾ ਹੈ ਜੀ, ਉਹਦੀ ਬਾਹਲੀ ਮਾੜੀ ਹਾਲਤ ਖਸਤਾ ਹੋਈ ਹੈ, ਉਹਦੇ ਜ਼ਰੀਏ ਅਸੀਂ ਨਵੀਂ ਬਿਲਡਿੰਗ ਤਿਆਰ ਕਰਤੀ ਹੈ, ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਛੇਤੀ ਤੋਂ ਛੇਤੀ ਸਾਡੀ ਨਵੀਂ ਬਿਲਡਿੰਗ 'ਚ ਉਹਨਾਂ ਨੂੰ ਸ਼ਿਫਟ ਕੀਤਾ ਜਾਵੇ,
एक तो उच्च मंडी है जिथे पुरानी बिल्डिंग मिट्टी घटा आता जो कोई नाम जमे बच्चे दवा लाने टीका लगाते हैं। दूजा एक उत्थे नेड़े हड्डा रोड की प्रॉब्लम है ओदा करके समस्या बच्चों बहुत आ रही है जी। अभी ये मंग करते हैं साड़ी जी डिस्पेंसरी है छेती से छेती नवी बिल्डिंग शिफ्ट की जाए। ਸਤਿ ਸ਼੍ਰੀ ਅਕਾਲ।